हेलो मायसेल्फ तिप्ति सरफेस ऑर्नामेंटेशन टेक्निक इंस्ट्रक्टर गवर्नमेंट आईटीआई वमएन लुधियाना बिफोर स्टार्ट द वीडियो आई एम रिक्वेस्टिंग यू टू प्लीज सब्सक्राइब दिस चैनल एंड प्रेस द बेल आइकॉन बटन टुडेस टॉपिक इज फैंसी नेट विद बटन होल स्टिच फैंसी नेट जदो नेट या किसे भी जालीदार फैब्रिक पे कीटी एम्ब्रॉयडरी नु फैंसी नेट किहा जाता है ਇਸ ਵਿੱਚ ਡਿਫਰੈਂਟ ਤਰ੍ਹਾਂ ਦੇ ਸਟਿਚਸ ਯੂਜ਼ ਕੀਤੇ ਜਾਂਦੇ ਹਨ ਜਿਵੇਂ ਬਟਨਹੋਲ ਸਟਿਚ, ਲੇਜ਼ੀ ਡੇਜ਼ੀ ਸਟਿਚ, ਕਰਾਸ ਸਟਿਚ ਇਕਸਟਰਾ ਤੁਸੀਂ ਸਿੰਪਲ ਤੇ ਪਲੇਨ ਨੈਟ ਨੂੰ ਇਹਨਾਂ ਸਟਿਚ ਨਾਲ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ ਐ ਸਟਿਚ ਨਾਲ ਦੁਪੱਟਾ, ਸੂਟਸ, ਕੁਸ਼ਨ ਕਵਰਸ, ਟੇਬਲ ਮੈਟਸ, ਫਰਾਕਸ ਬਣਾਇਆ ਬਹੁਤ ਹੀ ਅਟਰੈਕਟਿਵ ਲੱਗਦੀਆਂ ਹਨ ਠੀਕ ਹੈ ਜੀ ਨਾਉ ਲੈਟ ਸਟਾਰਟ ਦਾ ਪ੍ਰੈਕਟੀਕਲ ਵਰਕ ਤੁਸੀਂ ਇੱਕ ਸੈਂਪਲ ਲੈਣਾ ਹੈ ਠੀਕ ਹੈ ਜਿਵੇਂ ਮੈਂ ਤੁਹਾਡੇ ਲਈ ਇੱਕ ਸੈਂਪਲ ਰੈਡੀ ਕੀਤਾ ਹੈ ਕਾਟਨ ਦਾ ਫੈਬਰਿਕ ਹੈ ਉਹਦੇ ਉੱਤੇ ਪਹਿਲਾ ਸਭ ਤੋਂ ਪਹਿਲਾ ਤੁਸੀਂ ਕੀ ਕਰਨਾ ਹੈ ਇੱਕ ਮੋਟਿਫ ਟਰੇਸ ਕਰਨਾ ਹੈ ਆਫ ਕੋਰਸ ਜਦੋਂ ਵੀ ਕੋਈ ਵੀ ਸੈਂਪਲ ਬਣਾਉਣਾ ਹੈ ਜਾਂ ਐਮਬ੍ਰੋਇਡਰੀ ਬਣਾਣੀ ਹੈ ਕੋਈ ਵੀ ਚੀਜ਼ ਬਣਾਣੀ ਸਭ ਤੋਂ ਪਹਿਲਾਂ ਡਿਜ਼ਾਈਨ ਫਾਈਨਲ ਕਰਨਾ ਹੈ ਤੁਸੀਂ ਡਿਜ਼ਾਈਨ ਫਾਈਨਲ ਕਰਕੇ ਉਹਨੂੰ ਜਿਹੜੇ ਕੱਪੜੇ ਤੇ ਤੁਸੀਂ ਬਣਾਉਣਾ ਚਾਹੁੰਦੇ ਹੋ ਕੱਪੜੇ ਤੇ ਅਕੋਰਡਿੰਗ ਟੂ ਪਲੇਸਮੈਂਟ ਤੁਸੀਂ ਉਹਨੂੰ ਟ੍ਰੇਸ ਕਰ ਲੈਣਾ ਠੀਕ ਹੈ ਜੀ ਜਿਵੇਂ ਮੈਂ ਕਾਟਨ ਦੇ ਕੱਪੜੇ ਤੇ ਆਹ ਕਾਟਨ ਦੇ ਕੱਪੜੇ ਤੇ ਮੈਂ ਟ੍ਰੇਸਿੰਗ ਰੈਡੀ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਜੋ ਬਟਨ ਹੋਲ ਸਟਿਚ ਹੈ ਇੰਪੋਰਟੈਂਟ ਪੁਆਇੰਟ ਹੈ ਜੋ ਬਟਨ ਹੋਲ ਸਟਿਚ ਹੈ ए जो तो चॉइस ऑफ मोटिव है या डिजाइन की चॉइस है वो बहुत केयरफुली करनी है क्योंकि यह जो डिज़ाइन है ऐ जो नेट है ऐ थोड़े खुले डिजाइन तो ज़्यादा अच्छी लगती है और देखने से देखू ज़्यादा क्लीयर दिखेगी अगर तुम छोटे एरिया नेट कर दो तो इन्नी क्लियर नहीं दिखेगी ਤੋ ਜੋ ਮੋਟਿਫ ਹੈ ਜਾਂ ਡਿਜ਼ਾਈਨ ਹੈ ਉਹ ਤੁਸੀਂ ਲੂਜ਼ ਲੈਣਾ ਹੈ ਥੋੜਾ ਜਿਹਾ ਖੁੱਲਾ ਲੈਣਾ ਹੈ ਕਲਮਜੀ ਜਾਂ ਟਾਈਟ ਡਿਜ਼ਾਈਨ ਨਹੀਂ ਲੈਣਾ ਠੀਕ ਹੈ ਜੀ ਜਿਵੇਂ ਤੁਸੀਂ ਦੇਖ 파 ਰਹੇ ਹੋ ਮੈਂ ਇੱਕ ਸੈਂਪਲ ਰੈਡੀ ਕੀਤਾ ਹੈ ਪੈਟਲ ਫਲਾਰ ਦੀ ਇੱਕ ਪੈਟਲ ਰੈਡੀ ਕੀਤੀ ਹੈ ਜੜੀ ਤੁਹਾਡੇ ਲਈ ਮੈਂ ਨੈਟ ਬਣਾਈ ਹੈ ਬਟਨਹੋਲ ਨੈਟ ਠੀਕ ਹੈ ਜੀ ਨਾਰਮਲੀ ਆਪਾਂ ਨੈਟ ਬਾਈ ਕਰਦੇ ਆ ਇਹਦੇ ਨਾਲ ਤੁਸੀਂ ਕੀ ਕਰ ਸਕਦੇ ਬਿਲਕੁਲ ਪਲੇਨ ਫੈਬਰਿਕ ਹੈ ਤੁਹਾਡਾ ਕੁਝ ਨਹੀਂ ਕੀਤਾ ਹੋਇਆ ਪਲੇਨ ਫੈਬਰਿਕ ਹੈ ਉਹਨੂੰ ਤੁਸੀਂ ਫੈਂਸੀ ਬਣਾਣਾ ਹੈ ਬਹੁਤ ਹੀ ਈਜ਼ੀ اور ਬਹੁਤ ਅਟਰੈਕਟਿਵ ਬਹੁਤ ਸੁੰਦਰ ਡਿਜ਼ਾਈਨ ਲੱਗਦਾ ਚਾਹਤੋਂ ਤੁਸੀਂ ਬਟਨ ਹੋਲ ਨੈਟ ਨਾਲ ਉਨੂੰ ਫੈਬਰਿਕ ਤੇ ਕਰਦੇ ਹੋ ਇੱਕ ਤਰ੍ਹਾਂ ਦਾ ਕੱਟਵਰਕ ਲੱਗਦਾ ਹੋ ਔਰ ਵੀ ਵਿਚ ਵਿਚ ਨੈਟ ਦੇ ਇਫੈਕਟ ਆਉਂਦਾ ਔਰ ਬਹੁਤ ਹੀ ਯੂਨੀਕ ਔਰ ਅਟਰੈਕਟਿਵ ਡਿਜ਼ਾਈਨ ਲੱਗਦਾ ਠੀਕ ਹੈ ਜੀ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਮੈਂ ਇੱਕ taraf ਇੱਕ ਪੈਟਲ ਤੇ ਕੀਤਾ ਬਟਨ ਹੋਲ ਨੈਟ ਉਨੂੰ ਤੁਸੀਂ ਕੀ ਕਰਨਾ ਬੈਕ ਸਾਈਡ ਤੋਂ ਫੈਬਰਿਕ ਕੱਟ ਕਰ ਦੇਣਾ ਤਾਂਕਿ ਤੁਹਾਨੂੰ ਨੈਟ ਦੀ ਪ੍ਰੋਪਰ ਲੁੱਕ ਵਿਜੀਬਲ ਹੋਏ ਠੀਕ ਹੈ ਜੋ ਬਟਨਹੋਲ ਨੈਟ ਹੈ ਉਹਨੂੰ ਤੁਸੀਂ ਜਦੋਂ ਕਰਨਾ ਹੈ ਆਫਕੋਰਸ ਅਗਰ ਆਪਾਂ ਫੈਬਰਿਕ ਪਿੱਛੋਂ ਦੀ ਕੱਟ ਕਰਨਾ ਹੈ ਤਾਂ ਆਫਕੋਰਸ ਆਪਾਂ ਫੈਬਰਿਕ ਨਹੀਂ ਲਵਾਵਾਂਗੇ ਵਿੱਚ ਅਗਰ ਫੈਬਰਿਕ ਲੈ ਲਿਆ ਫਿਰ ਫੈਬਰਿਕ ਆਪਾਂ ਕੱਟ ਨਹੀਂ ਕਰ ਸਕਦੇ ਨੈਟ ਦੀ ਪ੍ਰੋਪਰ ਵਿਊ ਨਹੀਂ ਆਏਗਾ ਠੀਕ ਹੈ ਤਾਂ ਜੋ ਬਟਨਹੋਲ ਨੈਟ ਹੈ ਉਹਦਾ ਇੱਕ ਬੇਸ ਸਟਿਚ ਤੁਹਾਨੂੰ ਚਾਹੀਦਾ ਉਹ ਬੇਸ ਸਟਿਚ ਆਪਾਂ ਚੇਨ ਸਟਿਚ ਲੈਂਦਾ ਹੈ ਠੀਕ ਹੈ ਜੀ ਜਿਵੇਂ ਆ ਦੇਖੋ ਤਾਂ ਮੈਂ ਪੀਛੇ ਥ੍ਰੈਡ ਨਾਲ ਚੇਨ ਸਟਿਚ ਕੀਤਾ ਹੋਇਆ ਹੈ ਇਨ ਨੂੰ ਆਪਾਂ ਬੇਸ ਸਟਿਚ ਮੰਨ ਅਦੇ ਉੱਤੇ ਤੁਸੀਂ ਇਹਨੂੰ ਯੂਜ਼ ਕਰਦੇ ਹੋਏ ਤੁਸੀਂ ਬਟਨ ਹੋਲ ਨੈਟ ਕ੍ਰੀਏਟ ਕਰਨੀ ਹੈ ਠੀਕ ਹੈ ਜੀ ਚੇਨ ਸਟਿਚ ਦਾ ਨੂੰ ਆਫਕੋਰਸ इजीली ਆਂਦਾ ਹੈ ਬਹੁਤ अच्छी ਤਰ੍ਹਾਂ ਆਂਦਾ ਹੈ ਅ ਦੇਖਿਏ ਚੇਨ ਸਟਿਚ ਕਿੱਦਾਂ ਕਰਨਾ ਜੋ ਚੇਨ ਸਟਿਚ ਦਾ ਤੁਸੀਂ ਸਟਿਚ ਲੈਣਾ ਹੈ ਉਹ ਨਾ ਜ਼ਿਆਦਾ ਵੱਡਾ ਹੋਣਾ ਚਾਹੀਦਾ ਹੈ ਨਾ ਜ਼ਿਆਦਾ ਛੋਟਾ ਹੋਣਾ ਚਾਹੀਦਾ ਬਹੁਤ ਹੀ ਇਕਵਨ ਸਾਈਜ਼ ਦੇ ਤੁਸੀਂ ਚੇਨ ਸਟਿਚ ਦੇ ਸਟਿਚ ਲੈਣੇ ਆ ਤਾਂ ਕਿ ਬਹੁਤ ਹੀ ਸਿਸਟਮੈਟਿਕਲੀ ਉਹ ਤੁਹਾਨੂੰ ਦਿਖੇ ਐ ਨਹੀਂ ਲੈਣਾ ਕਿ ਕੋਈ ਸਟਿਚ ਵੱਡਾ ਲੈ ਲਿਆ ਕੋਈ ਸਟਿਚ ਛੋਟਾ ਲੈ ਲਿਆ ਉਹਦੇ ਨਾਲ ਜੋ ਫਿਨਿਸ਼ਿੰਗ ਹੈ ਸੈਂਪਲ ਦੀ ਉਹ ਨਹੀਂ ਆਉਂਦੀ ਜਦੋਂ ਤੁਹਾਡਾ ਚੇਨ ਸਟਿਚ ਹੋ ਗਿਆ ਠੀਕ ਹੈ ਜੀ ਜੋ ਸਾਡਾ ਬੇਸ ਸਟਿਚ ਹੈ ਉਹ ਹੋ ਗਿਆ ਉਹਨੂੰ ਲੌਕ ਕਰਕੇ ਤੁਸੀਂ ਕੱਟ ਕਰ ਦੇਣਾ ਹੈ ਬਹੁਤ ਨੀਟ ਲੌਕ ਕਰਕੇ ਨੀਟ ਕੱਟ ਕਰਨਾ ਹੈ ਠੀਕ ਹੈ ਜੀ ਇਹ ਤੋਂ ਤੁਹਾਡਾ ਚੇਨ ਸਟਿਚ ਆਊਟਲਾਈਨਸ ਹੋ ਗਿਆ ਹੁਣ ਤੁਸੀਂ ਕੀ ਕਰਨਾ ਹੈ ਤੁਸੀਂ ਜੋ ਬੇਸ ਹੈ ਦਾ ਤੇ ਦੇਖੋ ਇਹ ਤੁਸੀਂ ਲਾਈਨ ਲਗਾਨੀ ਹੈ ਸਿੱਧੀ ਲਾਈਨ ਵੀ ਲਗਾਉਣ ਦੀ ਲੋੜ ਨਹੀਂ ਹੈ ਤੁਹਾਨੂੰ ਆਟੋਮੈਟਿਕਲੀ ਵਿਊ ਹੋਏਗਾ ਕਿ ਕਿਹੜਾ ਸਟਿਚ ਤੁਹਾਡਾ ਬੇਸ ਤੇ ਆਂਦਾ ਹੈ ਪੂਰਾ ਬੇਸ ਤੇ ਟੱਚ ਕਰਦਾ ਜਿਵੇਂ ਕੁਝ ਤੁਹਾਡੇ 4 5 ਸਟਿਚਸ ਬੇਸ ਤੇ ਟੱਚ ਕਰਦੇ ਹੋਣਗੇ ਤੁਸੀਂ ਕਵ ਤੋਂ ਸ਼ੁਰੂ ਨਹੀਂ ਕਰਨਾ ਤੁਸੀਂ ਸਿੱਧੀ ਲਾਈਨ ਤੋਂ ਸ਼ੁਰੂ ਕਰਨਾ ਹੈ ਠੀਕ ਹੈ ਜੀ ਔਰ ਇੱਕ ਇੱਕ ਵਾਰੀ ਸਿੱਧੀ ਲਾਈਨ ਤੋਂ ਸ਼ੁਰੂ ਕਰਨ ਤੋਂ ਬਾਅਦ ਬਟਨਹੋਲ ਫਿਰ ਇੱਕ ਇੱਕ ਟਾਂਕਾ ਚੱਕਣਾ 체ਨ ਦਾ ਉੱਪਰ ਜਾਂਦੇ ਜਾਣਾ ਇੱਕ ਇੱਕ ਟਾਂਕਾ ਚੱਕਣਾ ਉੱਪਰ ਜਾਂਦੇ ਜਾਣਾ ਇੱਕ ਇੱਕ ਟਾਂਕਾ ਚੱਕਣਾ ਉੱਪਰ ਜਾਂਦੇ ਜਾਣਾ ਠੀਕ ਹੈ ਹੁਣ ਆਪਾਂ ਪ੍ਰੈਕਟੀਕਲੀ ਕਰਕੇ ਵੇਖਾਂਗੇ ਤੁਸੀਂ ਜੋ ਬਿਲਕੁਲ ਹੀ ਜੋ نیچے ਆਪ ਤੁਹਾਡੇ ਸਰਫੇਸ ਤੇ ਆ ਰਿਹਾ 체ਨ ਦਾ ਟਾਂਕਾ ਉਹਨੂੰ ਲੈ ਲੈਣਾ ਸਭ ਤੋਂ ਪਹਿਲਾਂ ਠੀਕ ਹੈ ਜੀ ਬਿਲਕੁਲ ਵਿੱਚ ਟਾਂਕੇ ਦੇ ਵਿੱਚ ਤੁਸੀਂ ਥ੍ਰੈਡ ਕੱਢਣਾ ਹੈ ਠੀਕ ਹੈ ਜੀ ਔਰ ਐਦਾ ਅੰਦਰ ਵਾਲਾ ਹਿੱਸਾ ਜੋ ਹੈ ਚੇਨ ਦਾ ਅੰਦਰ ਵਾਲਾ ਜੋ ਹਿੱਸਾ ਹੈ ਓਨੂੰ ਲੈ ਕੇ ਤੁਸੀਂ ਬਟਨ ਹੋਲ ਐਦਾਂ ਕਰਨਾ ਹੈ ਕਿ ਬਿਲਕੁਲ ਟਾਈਟ ਨਾ ਹੋਵੇ ਲੂਜ਼ ਹੋਵੇ ਤਾਂ ਕਿ ਸਾਨੂੰ ਜਾਲੀ ਬੰਦੀ ਹੋਈ ਦਿਖਾਈ ਦੇਵੇ ਠੀਕ ਹੈ ਜੀ ਫਿਰ ਇਹਨੂੰ ਹੋਲਡ ਕਰਨਾ ਹੈ लैफ्ट थम के नीचे थ्रैड और नैक्सट जोड़ा चेन हैगा अंदर वाला आ, साइड लैके तागे दी और फिर ती बटन होल टाका जो है वो क्रिएट करना है बनाना है फिर नैक्सट इदा ही रहेगा और ਜਿੰਨੇ ਤੁਹਾਡੇ ਫਲੈਟ ਸਿੱਧੇ ਆਂਦੇ ਤਾਂ ਅੱਗੇ ਹੈਗੇ ਐ ਚੇਨ ਦੇ ਪਹਿਲਾਂ ਤੁਸੀਂ ਉਹ ਪੂਰੇ ਕਰ ਲੈਣ ਜਿਵੇਂ ਮੇਰੇ ਇੰਨੇ ਆ ਰਹੇ ਨੇ ਠੀਕ ਹੈ ਜੀ ਹੁਣ ਤੁਸੀਂ ਇੱਕ ਟਾਂਕਾ ਨੈਕਸਟ ਲਾਈਨ ਸ਼ੁਰੂ ਕਰਨ ਲਈ ਤੁਸੀਂ ਉਪਰੋਂ ਦੀ ਲੈ ਲਓਗੇ ਬਹੁਤ ਆਰਾਮ ਨਾਲ ਧਿਆਨ ਨਾਲ ਦੇਖਦੇ ਹੋਏ ਕੋਈ ਵੀ ਟਾਂਕਾ ਛੁੱਟਣਾ ਨਹੀਂ ਚਾਹੀਦਾ ਚੇਨ ਦਾ ਕੋਈ ਵੀ ਟਾਂਕਾ ਛੁੱਟਣਾ ਨਹੀਂ ਚਾਹੀਦਾ ਆਪਣੀ ਤੁਸੀਂ ਬਹੁਤ ਧਿਆਨ ਦੇ ਨਾਲ ਤੁਸੀਂ ਉਹਨੂੰ ਲੈਣਾ ਫਿਰ ਆ ਤੁਸੀਂ ਲੈ ਲੈ ਇੱਕ ਟਾਂਕਾ ਉੱਪਰਲਾ ਤਾਂ ਕਿ ਤੁਸੀਂ ਦੂਜੀ ਲਾਈਨ ਸ਼ੁਰੂ ਕਰ ਸਕੋ ਫਿਰ ਇਹਦੇ ਨਾਲ ਲੱਗਦੇ ਜਿਹੜੇ ਤੁਸੀਂ ਬਟਨ ਹੋਲ ਵਾਲੇ ਤੁਹਾਨੂੰ ਜੋ ਸਟਿਚਸ ਦਿਖ ਰਹੇ ਨੇ ਪ੍ਰੀਵੀਅਸ ਵਾਲੇ ਉਹ ਈਵਨ ਬਾਈ ਵਨ ਤੁਸੀਂ ਪਿਕ ਕਰਨੇ ਐ ਤੇ ਬਟਨ ਹੋਲ ਸਟਿਚ ਜੋ ਹੈ ਉਹ ਕ੍ਰੀਏਟ ਕਰਦੇ ਜਾਣਾ ਹੈ ਅੱਗੇ ਤੋਂ ਅੱਗੇ ਜਿੰਨੀ ਦੇਰ ਤੱਕ ਤੁਹਾਡਾ ਪੂਰਾ ਮੋਟਿਫ ਜੋ ਹੈ ਉਹ ਕੰਪਲੀਟ ਨਹੀਂ ਹੋ ਜਾਂਦਾ ਬਸ ਤੁਸੀਂ ਧਿਆਨ ਇੱਕ ਗੱਲ ਦਾ ਰੱਖਣਾ ਹੈ ਕਿ ਜੋ ਤੁਹਾਡੇ ਸਟਿਚਸ ਹੈ ਉਹ ਜ਼ਿਆਦਾ ਟਾਈਟ ਨਹੀਂ ਕਰਨੇ ਤੁਸੀਂ ਲੂਜ਼ ਰਹਿਣ ਦੇਣੇ ਆ ਠੀਕ ਹੈ ਜੀ ਹੁਣ तुसी जो है ए वाला जो ना लगता टांका है दूसरी लाइन वाला याद रखो दूसरी लाइन वाला चक्या मैं ठीक है जी आ मैं दूसरी लाइन वाला टांका चक लिया हूँ आप तीसरी लाइन शुरू करनी है एक होर ऊपर जो स्टिच है ऊपर जो टांका है ओनू तुसी चकोगे ठीक है जी ए चक लिया हूँ तीसरी लाइन थोड़ी शुरू हो रही है और जो प्रीवियस वाले है वो ही तुसी वापस अपनी लाइन क्रिएट करन ली वो ही तुसी वापस चकने हैं ठीक है जी बिल्कुल ईवन लूज ईवन टाइट होने चाहिए है तीडी तो जाली ईवन आए कोई भी जल्दबाजी या जल्दी जल्दी की जरूरत नहीं है अगर आउटकम बहुत अच्छी चाहिए है तू ਠੀਕ ਹੈ ਜੀ ਐ ਇਦਾਂ ਹੀ ਤੁਸੀਂ ਇਹਨੂੰ ਵਾਪਿਸ ਇਦਾਂ ਹੀ ਵਾਪਿਸ ਕਰੋਗੇ ਠੀਕ ਹੈ ਜੀ ਐ ਤੁਸੀਂ ਕੰਟੀਨਿਊ ਕਰੋਗੇ ਟਿਲ ਦਾ ਐਂਡ ਜਦੋਂ ਤੁਸੀਂ ਤੁਹਾਡਾ ਲਾਸਟ ਤੱਕ ਪਹੁੰਚ ਗਿਆ ਤੁਸੀਂ ਇਹਨੂੰ ਲੌਕ ਕਰਕੇ ਤੁਸੀਂ ਬੰਦ ਕਰ ਦੇਣਾ ਔਰ ਪਿੱਛੇ ਵਾਲਾ ਜੋ ਫੈਬਰਿਕ ਹੈ ਕੱਟ ਕਰ ਦੇਣਾ ਠੀਕ ਹੈ ਜੀ ਫੇ ਫੈਬਰਿਕ ਕੱਟ ਕਰਕੇ ਤੁਸੀਂ ਕੋਸ਼ਿਸ਼ ਕਰਨੀ ਹੈ ਜਿਹੜੇ ਜੋ ਐਜੇਜ਼ ਹੈ ਦੇ ਰੋ ਐਜੇਜ਼ ਹੈ ਉਹਨਾਂ ਨੂੰ ਥੋੜਾ ਜਿਹਾ ਗਲੂ ਕਰ ਦਿਓ ਤਾਂ ਕਿ ਤੁਹਾਡੇ ਫੈਬਰਿਕ ਜੋ ਹੈ ਥ੍ਰੈਡ ਜੋ ਹੈ ਫਰੇ ਆਊਟ ਨਾ ਹੋਵੇ ਠੀਕ ਹੈ ਜੀ ਐ ਸੀਗਾ ਸਾਡਾ ਬਟਨ ਹੋਲ ਫੈਂਸੀ ਨੈਟ ਵਿਦ ਬਟਨ ਹੋਲ ਤੇ ਇਹਦੇ ਨਾਲ ਤੁਸੀਂ ਇਹਦੇ ਜੋ ਹੈਲਪਿੰਗ ਸਟਿਚਸ ਹੈ ਤੁਸੀਂ ਲੇਜ਼ੀ ਡੇਜ਼ੀ ਕਰ ਸਕਦੇ ਹੋ ਤੁਸੀਂ ਸਟੈਮ ਸਟਿਚ ਕਰ ਸਕਦੇ ਹੋ ਸਰਟਨ ਸਟਿਚ ਕਰ ਸਕਦੇ ਹੋ ਠੀਕ ਹੈ ਇਹ ਪੂਰਾ ਬਨਨ ਤੋਂ ਬਾਅਦ ਇਹਦੀ ਆਊਟਕਮ ਤੁਹਾਨੂੰ ਆਏਗੀ ਇਹ ਆਊਟਕਮ ਆਏਗੀ ਆਈ ਹੋਪ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ ਤੁਹਾਨੂੰ ਸਮਝ ਲੱਗੀ ਹੋਏਗੀ ਥੈਂਕਸ ਫॉर ਵਾਚਿੰਗ ਦਿਸ ਵੀਡੀਓ ਥੈਂਕ ਯੂ ਸੋ ਮੱਚ